ਇਹ ਕੁਐਸਚਨ ਪੁੱਛ ਰਹੇ ਨੇ ਕਿ ਆਪਣੀ ਵੀਡੀਓ ਰਹੀ ਹੈ ਦੱਸੋ ਕਿ ਡਾਕੂਮੈਂਟ ਕਿੱਦਾਂ ਅਪਲੋਡ ਕਰਨੇ ਨੇ। ਕੋਈ ਡਾਕੂਮੈਂਟ ਅਪਲੋਡ ਨਹੀਂ ਕਰਨਾ ਬੀਐਡ ਐਂਟਰੈਂਸ ਟੈਸਟ ਦੇ ਆਨਲਾਈਨ ਫਾਰਮ ਵਿੱਚ। ਜਸਟ ਇਨਫੋਰਮੇਸ਼ਨ ਸਾਰੀ ਫਿਲ ਹੋਣੀ ਹੈ, ਤੁਹਾਡੇ 10th 10+2 ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੀ ਇਨਫੋਰਮੇਸ਼ਨ ਹੈ। ਅਪਲੋਡ ਕੀ ਹੋਣਾ ਹੈ, ਤੁਹਾਡੀ ਸੌਫਟ ਕਾਪੀ ਆਫ ਫੋਟੋ ਐਂਡ ਸਿਗਨੇਚਰ ਹੋਣੇ ਹਨ। ਇਸ ਤੋਂ ਇਲਾਵਾ ਕੋਈ ਵੀ ਡਾਕੂਮੈਂਟ, ਤੁਹਾਡਾ ਅਕੈਡਮਿਕ ਡਾਕੂਮੈਂਟ ਜਾਂ ਰਿਜ਼ਰਵੇਸ਼ਨ ਕੈਟਾਗਰੀ ਦਾ ਜਾਂ ਰੂਰਲ ਏਰੀਆ ਦਾ ਜਾਂ ਹੋਰ ਰੈਲੇਵੈਂਟ ਡਾਕੂਮੈਂਟ, ਜਿਹੜਾ ਕਰੈਕਟਰ ਸਰਟੀਫਿਕੇਟ, ਕੁਛ ਵੀ ਅਪਲੋਡ ਨਹੀਂ ਹੋਣਾ। ਕਾਰਨ ਕੀ ਹੈ, ਕਿਉਂਕਿ ਜੇ ਤੁਹਾਨੂੰ ਸੀਟ ਅਲੋਟ ਜਿੱਥੇ ਅਲੋਟ ਹੋ ਜਾਂਦੀ ਹੈ ਜਿਹੜੇ ਕਾਲਜ ਵਿੱਚ, ਉਸ ਕਾਲਜ ਦੀ ਜ਼ਿੰਮੇਵਾਰੀ ਹੋਏਗੀ ਕਿ ਜੋ ਤੁਸੀਂ ਫੋਰਮ ਵਿੱਚ ਫਿਲ ਕੀਤਾ ਸੀ ਉਹ ਸਾਰਾ ਕੁਝ ਠੀਕ ਸੀ ਅਤੇ ਅਸਲੀ ਡਾਕੂਮੈਂਟ ਦੇਖ ਕੇ ਉਹਨਾਂ ਨੂੰ ਵੈਰੀਫਾਈ ਕਰਨਾ। ਯੂਨੀਵਰਸਿਟੀ ਕਿਸੇ ਨੇ ਵੈਰੀਫਿਕੇਸ਼ਨ ਨਹੀਂ ਕਰਨੀ, ਸਭ ਵੈਰੀਫਿਕੇਸ਼ਨਾਂ ਕਾਲਜ ਵਿੱਚ ਹੀ ਹੋਣੀਆਂ ਹਨ। ਸੋ ਅਪਲੋਡ ਕੁਛ ਨਹੀਂ ਹੋਏਗਾ, ਬੇਫਿਕਰ ਹੋ ਜਾਓ। ਥੈਂਕ ਯੂ।